ਕੋਰੋਨਾ ਦੇ ਨਾਲ ਜੂਝ ਰਹੀ ਪੂਰੀ ਦੁਨੀਆ ਨੂੰ ਬੇਸਾਬਰੀ ਦੇ ਨਾਲ ਕੋਰੋਨਾ ਵੈਕਸੀਨ ਦਾ ਇੰਤਜ਼ਾਰ ਤੇ ਬ੍ਰਿਟੇਨ ਅਮਰੀਕਾ ਜਿਹੇ ਦੇਸ਼ਾਂ ਵਿੱਚ ਵੈਕਸੀਨ ਦਾ ਟੀਕਾਕਰਨ ਦੀ ਸ਼ੁਰੂਆਤ ਹੋਣ ਦੀਆਂ ਉਮੀਦਾਂ ਵੱਧ ਗਈਆਂ ਨੇ। ਇਸ ਤੋਂ ਇਲਾਵਾ ਕੈਨੇਡਾ, ਸਾਊਦੀ ਅਰਬ, ਬਹਿਰੀਨ, ਸਿੰਗਾਪੁਰ ਆਦਿ ਦੇਸ਼ਾਂ ਨੇ ਫਾਈਜ਼ਰ ਬਾਇਓਐਨਟੇਕ ਦੇ ਕੋਰੋਨਾ ਵੈਕਸੀਨ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਵਿਚਾਲੇ ਹੁਣ ਕੋਰੋਨਾ ਵੈਕਸੀਨ ਤੇ ਖਤਰਾ ਮੰਡਰਾ ਰਿਹਾ। ਅਸਲ ਵਿੱਚ ਵੈਕਸੀਨ ਉੱਤੇ ਸਾਈਬਰ ਅਪਰਾਧੀਆਂ ਦੀ ਪੈਨੀ ਨਜ਼ਰ ਬਣੀ ਹੋਈ ਹੈ ਅਤੇ ਲਗਾਤਾਰ ਵੈਕਸੀਨ ਤੇ ਡਾਟਾ ਚੋਰੀ ਕਰਨ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਨੇ। ਅਮਰੀਕੀ ਦਵਾਈ ਕੰਪਨੀ ਮਾਡਰਨਾ ਦੀ ਵੈਕਸੀਨ ਦਾ ਡਾਟਾ ਚੋਰੀ ਕਰਨ ਲਈ ਕੰਪਨੀ ਦੇ ਡਾਟਾ ਸੈਂਟਰ ਉੱਤੇ ਸਾਈਬਰ ਹਮਲਾ ਕੀਤਾ ਗਿਆ ਅਤੇ ਕੁਝ ਅਹਿਮ ਦਸਤਾਵੇਜ਼ ਵੀ ਚੋਰੀ ਕਰ ਲਏ ਗਏ ਨੇ। ਇਸ ਦੀ ਜਾਣਕਾਰੀ ਖੁਦ ਮਾਡਰਨਾ ਨੇ ਦਿੱਤੀ ਹੈ। ਇਸ ਤੋਂ ਇਲਾਵਾ ਹਮਲਾਵਰਾਂ ਨੇ ਅਮਰੀਕੀ ਕੰਪਨੀ ਫਾਈਜ਼ਰ ਤੇ ਜਰਮਨ ਕੰਪਨੀ ਬਾਇਓਐਨਟੇਕ ਦੇ ਡਾਟਾ ਸੈਂਟਰ ਉੱਤੇ ਵੀ ਹਮਲਾ ਕੀਤਾ ਸੀ। ਬਿਊਰੋ ਰਿਪੋਰਟ, ਆਵਾਜ਼ੇ ਕੌਮ ਟੀਵੀ।